ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਇਹ ਕੁੜੀ ਘਰੇ ਇਕੱਲੀ ਘਰੇ ਸੀ ਤੇ ਜਿਹੜਾ ਮੁੰਡਾ ਜਗਿੰਦਰ ਸਿੰਘ ਹੈ ਇਹ ਮੁੰਡਾ ਇੱਥੇ ਮਾੜੀ ਨੀਤ ਨਾਲ ਇਹਨਾਂ ਦੇ ਘਰੇ ਵੜਿਆ, ਜਿਹਦੇ ਨਾਲ ਵੀ ਕੁੜੀ ਇਕੱਲੀ ਹੋਣ ਦੇ ਕਾਰਨ ਉਹਨਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁੜੀ ਨੇ ਉਹਨੂੰ ਜ਼ਬਰਦਸਤੀ ਕਰਨ ਤੋਂ ਜਵਾਬ ਦਿੱਤਾ ਨਾ ਹੋਈ, ਉਹ ਕੁੜੀ ਨੂੰ ਇਹ ਵੱਢਣ ਪੈ ਗਿਆ ਕਰਦਾ। ਅੱਧਾ ਘੰਟਾ ਪਹਿਲਾਂ ਮੈਂ ਅੱਧਾ ਘੰਟਾ 25 ਮਿੰਟ ਲਾ ਲਾ ਤੂੰ, ਮੈਂ ਇੱਥੇ ਕੈਂਪ ਲੱਗਿਆ ਸੀ ਗੁਰਦੁਆਰੇ ਅਤੇ ਇੱਥੇ ਸਾਡੇ ਵਿਆਹ ਵੀ ਸੀਗਾ ਅਤੇ ਅਸੀਂ ਆਖਿਆ ਨਾ ਤੂੰ ਮਨਪ੍ਰੀਤ ਮੈਂ ਲੀੜੇ ਪ੍ਰੈਸ ਕਰ ਲਾ ਅਤੇ ਮੈਂ ਕਿਹਾ ਹੁਣੇ ਇੱਥੇ ਦਵਾਈ ਵੀ ਚੱਲ ਟੈਸਟ ਟੁੱਟ ਫ੍ਰੀ ਹੁੰਦੇ ਆ ਅਤੇ ਅੱਧਾ ਘੰਟਾ ਤਾਂ ਹੋਇਆ ਵੀ ਨਹੀਂ ਮੈਨੂੰ ਗਈ ਨੂੰ ਅਤੇ ਬਸ ਉੱਥੋਂ ਜਦੋਂ ਮੈਂ ਇੱਥੇ ਮੈਨੂੰ ਮਗਰ ਲੈਣ ਜਾ ਵੜੇ ਅਤੇ ਜੇ ਆਈ ਤਾਂ ਗਾਂ ਮੈਂ ਕੁੜੀ ਨੂੰ ਤਾਂ ਐਂਬੂਲੈਂਸ 'ਚ ਪਾ ਕੇ ਲੈ ਗਏ ਉਹਨਾਂ ਨੂੰ। ਮੈਨੂੰ ਨੀ ਪਤਾ ਹੈਗਾ ਉਹਦੇ ਸੱਟਾਂ ਵਾਧੂ ਵੱਜੀਆਂ ਹੱਥਾਂ ਉੱਤਾਂ ਤੇ ਕਿਹਨੇ ਮਾਰੀਆਂ ਜੀ? ਆਹੀ ਆ ਮੁੰਡਾ ਜਸਵਿੰਦਰ ਸਾਡੇ ਗਵਾਂਢੀਆਂ ਦਾ ਇੱਧਰ ਪਰਲੇ ਪਾਸੇ ਆਦੇ ਆ, ਮੈਂ ਤਾਂ ਵੇਖਿਆ ਨੀ ਗਾ ਉਹੀ ਆਦੇ। ਪਹਿਲਾਂ ਕੋਈ ਆਪਣੀ ਉਹਨਾਂ ਨਾਲ ਕੋਈ ਲਾਗ ਡਾਟ ਸੀ? ਕੋਈ ਨੀ ਸਾਡੇ ਨਾਲ ਤਾਂ ਲਾਗ ਡਾਟ ਹੋ ਗਈ। ਕੀ ਕਰਦੇ ਤੁਹਾਡੇ ਬੱਚੇ? ਹਾਂਜੀ ਬੇਟੀ ਕੀ ਕਰਦੀ? ਬੇਟੀ ਤਾਂ ਜੀ ਘਰੇ ਹੀ ਆ, ਉਹਨੇ ਤਾਂ ਬੀਏ ਕੀਤਾ, ਬੀਐਡ ਕੀਤੀ ਵੀ ਆ, ਘਰੇ ਹੀ ਆ, 2-3 ਸਾਲ ਹੋ ਗਏ ਤਾਂ। ਕੁਆਰੀ ਹੈ ਜੀ, ਅਜੇ ਸਗਨ ਪਿਆ ਬਾਬਾ ਜੀ ਹੋ ਗਿਆ 1-1.5 ਮਹੀਨਾ। ਸੁਖਜੀਤ ਹੈ ਜੀ। ਕੀ ਘਟਨਾ ਹੋਈ ਹੈ, ਕਿਸ ਤਰ੍ਹਾਂ ਹੋਈ? ਇਹ ਤਾਂ ਸਰ ਜਦੋਂ ਸਾਨੂੰ ਘਰੇ ਸੀਗੇ ਜਦੋਂ ਰੌਲਾ ਪੈਂਦਾ ਸੁਣਿਆ ਨਾ, ਅਸੀਂ ਆਖਿਆ ਵੀ ਕੋਈ ਬੱਚਾ ਚੀਕਾਂ ਮਾਰੀ ਜਾਂਦਾ ਅਤੇ ਉਹ ਸਾਡੀ ਵਹੁਟੀ ਦੂਜੇ ਘਰ ਦੀ ਤਾਂ ਲੀੜੇ ਪਾਉਂਦੇ ਸੀ, ਉਹ ਆਦੀ ਉੱਧਰ ਕੋਈ ਗੱਲ ਹੋ ਗਈ ਵੀ ਤੁਸੀਂ ਵੇਖੋ ਨੰਗਾ ਛਾਲ ਮਾਰ ਕੇ ਬੰਦਾ, ਅਤੇ ਉਹ ਪਰਲੇ ਪਾਸੇ ਭੱਜ ਗਿਆ ਸੀਗਾ ਛਾਲ ਮਾਰ ਕੇ। ਅਤੇ ਜਦੋਂ ਅਸੀਂ ਮੈਂ ਭੱਜ ਕੇ ਆਈ ਅਤੇ ਮੈਂ ਉਸੇ ਦੇ ਮਗਰ ਭੱਜੀ ਹਾਂ, ਪਹਿਲਾਂ ਇੱਧਰ ਨਹੀਂ ਮੈਂ ਆਈਗੀ, ਅਤੇ ਜਦੋਂ ਆਵਾਜ਼ਾਂ ਮਾਰੀਆਂ ਅਤੇ ਉਹ ਮੋਟਰਸਾਈਕਲ ਲੈ ਕੇ ਫਟਾਫਟ ਨਿਕਲ ਗਿਆ। ਕੌਣ ਬੰਦਾ ਸੀ ਇਹ ਲੋਕਲ ਤੁਹਾਡਾ ਗੁਆਂਢੀ? ਹਾਂ ਵੀ ਕੋਲੀ ਘਰ ਜੇ ਇਸੇ ਗਲੀ 'ਚ ਸਾਡੀ ਜੀ ਜੋਗਿੰਦਰ। ਕਿੰਨੀ ਕੁ ਸੱਟਾਂ ਮਾਰੀਆਂ ਤੁਹਾਡੀ ਬੇਟੀ? ਸਾਡੀ ਕੁੜੀ ਦੇ ਬਈ ਸੱਟਾਂ ਬਹੁਤ ਆ, ਬਾਂਹ ਜਮ੍ਹਾਂ ਲਮਕਾਤੀ ਉਹਦੀ, ਗੁੱਟ 2 ਥਾਵਾਂ ਤੋਂ ਕੱਟਤਾ, ਮਾੜਾ ਮਾੜਾ ਅਟਕਿਆ ਸੀ ਅਤੇ ਹੋਰ ਵੀ ਸੱਟਾਂ ਉਹਦੇ ਸਾਰੇ ਸਰੀਰ 'ਤੇ ਆ, ਲਹੂ ਲੁਹਾਣ ਕਰਕੇ ਸਿੱਟੀ ਪਈ ਸੀ ਕੁੜੀ ਜਮ੍ਹਾਂ। ਫਿਰ ਅਸੀਂ ਮੈਂ ਉਹਨੂੰ ਵੇਖ ਕੇ ਨਾ ਬਿਰਲਾ ਬੇਦੀ ਵੇਖਿਆ ਜਦੋਂ ਅੰਦਰੋਂ ਕੁੰਡੀ ਲੱਗੀ ਸੀਗੀ, ਫਿਰ ਅਸੀਂ ਮਸਾਂ ਦੋਵਾਂ ਜਣੀਆਂ ਨੇ ਦਰਾਣੀ ਜਠਾਣੀ ਲੱਤਾਂ ਮਾਰ ਮਾਰ ਕੁੰਡੀ ਖੋਲੀ ਹੈ। ਹਾਂਜੀ ਅਤੇ ਬਹੁਤ ਬੁਰੀ, ਉਹਦੀ ਮੰਮੀ ਦਵਾਈ ਲੈਣ ਉੱਠ ਗਈ ਜੀ, ਉਹ ਬਿਮਾਰ ਸੀਗੀ, ਉਹ ਬਸ 5-10 ਮਿੰਟ ਹੀ ਹੋਏ ਸੀ ਗਈ ਨੂੰ ਉਹਨੂੰ। ਹਾਂ ਉਹ ਆਦੀ ਮੈਂ ਦਵਾਈ ਲਿਆਵਾਂ ਅਤੇ ਉਹ ਕੱਪੜੇ ਪ੍ਰੈਸ ਕਰੀ ਜਾਂਦੀ ਸੀ ਬੈਠੀ ਅੰਦਰ। ਹਾਂ ਅਤੇ ਅਸੀਂ ਇਸ ਭੁਲੇਖ 'ਚ ਰਹਿ ਗਏ, ਮੈਂ ਆਖਿਆ ਕੀ ਆ ਕਿਤੇ ਪ੍ਰੈਸ ਪ੍ਰੁੱਸ ਨਾਲ ਨਾ ਹੱਥ ਪੱਲਾ ਲੱਗ ਗਿਆ ਵੀ ਅਸੀਂ ਲੱਤਾਂ ਉੱਤਾਂ ਮਾਰੀਆਂ ਬਾਹਰ ਖੋਲਿਆ, ਅਤੇ ਪਹਿਲਾਂ ਅਸੀਂ ਉਹਦੇ ਵਾਲੀ ਭੱਜੇ ਅਤੇ ਉਹ ਮੋਟਰਸਾਈਕਲ ਲੈ ਕੇ ਭੱਜ ਗਏ, ਜੇ ਤਾਂ ਕੋਈ ਗਲੀ 'ਚ ਹੁੰਦਾ ਫਿਰ ਤਾਂ ਅਸੀਂ ਫੜ ਲੈਂਦੇ ਉਹਨੂੰ, ਅਤੇ ਗਲੀ 'ਚ ਕੋਈ ਹੈ ਨਹੀਂ ਸੀਗਾ। ਕੋਈ ਪਹਿਲਾਂ ਪੁਰਾਣੀ ਕੋਈ ਰੰਜਿਸ਼ ਹੋ? ਨਹੀਂ ਜੀ ਕੋਈ ਨਹੀਂ, ਸਾਡੇ ਤਾਂ ਘਰਾਂ ਦੀ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਸੀ ਸਰ। ਸੜਤਾ ਕੁੜੀ ਹੁਣ ਮੇਰੇ ਜੇਠ ਦੀ ਕੁੜੀ ਹੈ ਅਤੇ ਸਾਡਾ ਘਰ ਆ ਨਾਲ, ਅਤੇ ਕਦੇ ਬਾਹਰ 'ਚ ਨਾ ਬਾਹਰ 'ਚ ਤਾਂ ਖੜਨੇ ਕੀ ਨਾ ਕਦੇ ਸਾਡੇ ਘਰੇ ਵੀ ਨਹੀਂ ਸੀ ਕਦੇ ਗਈ ਇਹ ਕੁੜੀ। ਇਹ ਤਾਂ ਹੁਣ ਕੋਈ ਉਹ ਹੀ ਜਾਣ ਸਕਦਾ ਵੀ ਕੀ ਕਾਰਨ, ਸਾਨੂੰ ਤਾਂ ਸਾਡਾ ਤਾਂ ਕੋਈ ਇਹੋ ਜਿਹਾ ਕੰਮ ਹੀ ਹੈ ਨਹੀਂ ਸੀਗਾ, ਕਿਉਂਕਿ ਬੱਚਾ ਤੁਰਦਾ ਫਿਰਦਾ ਹੋਵੇ ਬਾਹਰ ਅੰਦਰ ਜਾਂਦਾ ਪਤਾ ਲੱਗਦਾ ਵੀ ਕੋਈ ਨਿਆਣੇ ਦੀ ਗੱਲ ਹੋਣੀ ਆ, ਅਤੇ ਸਾਡੇ ਤਾਂ ਕੁੜੀ ਕਦੇ ਬਾਹਰ 'ਚ ਵੀ ਨਹੀਂ ਸੀ ਖੜੀ ਗਈ, ਅਤੇ ਹੋਰ ਤਾਂ ਉਹਨੇ ਜਾਣਾ ਕੀ ਆ, ਕਿਤੇ ਜੇ ਕਿਤੇ ਜਾਣਾ ਤਾਂ ਆਪਦੀ ਮੰਮੀ ਨੇ ਜਾਣਾ, ਉਹਨੇ ਕਿਤੇ ਕੋਈ ਚੀਜ਼ ਲੈਣ ਜਾਣੀ, ਹੋਰ ਕੋਈ ਗੱਲਬਾਤ ਨਹੀਂ ਸੀ ਸਰ। ਪਹਿਲਾਂ ਵੀ ਕੋਈ ਇਹਦੀ ਨੀਤ ਹੀ ਇਹੋ ਜਿਹੀ ਹੋਣੀ ਸਰ, ਇਹ ਕੋਈ ਇੱਕ ਵਾਕਾ ਨਹੀਂ ਕੀਤਾ, ਇਹਨੇ 3-4 ਕੀਤੇ ਆ, ਆਹ ਸਾਲ ਕਦੀ 6 ਮਹੀਨੇ ਦੀ ਗੱਲ, ਐਡੀ ਕੁ ਬੱਚੀ ਸੀ ਉਦੋਂ, ਇਹਨੇ ਉਹਦੇ ਨਾਲ ਇਹਦਾ ਵਾਕਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਉਦੋਂ ਵੀ ਇਹ ਨਿਕਲ ਗਿਆ। ਉਦੋਂ ਕੋਈ ਐਫਆਈਆਰ ਨਹੀਂ ਦਰਜ ਹੋਈ ਸੀ ਉੱਤੇ? ਹੋਈ ਸੀਗੀ ਜੀ, ਇਹਨਾਂ ਦੇ ਪੁਲਿਸੀਆ ਲੱਗਿਆ, ਇਹਨਾਂ ਦਾ ਪ੍ਰਾਹੁਣਾ ਉਹ ਕਢਾ ਲੈਂਦਾ ਇਹਨੂੰ, ਬਾਕੀ ਉੱਥੇ ਇਹ ਟੂਲ 'ਤੇ ਲੱਗਿਆ ਰਿਹਾ, ਉੱਥੇ ਬੈਡਿੰਗਾਂ ਦੀ ਕੁੜੀ ਸੀਗੀ ਉਹਨੂੰ ਇਹਨੇ ਛੇੜਿਆ, ਉਹਨਾਂ ਨੇ ਬਹੁਤ ਪਿੱਛਾ ਕੀਤਾ, ਉਹਨਾਂ ਦੇ ਹੱਥ ਵੀ ਨਹੀਂ ਲੱਗਿਆ ਗਾ, ਉਦੋਂ ਵੀ ਬਚ ਗਏ 3-4 ਹੇਲਾਂ 'ਚੋਂ ਬਚ ਗਿਆ, ਅਤੇ ਪਰ ਇਹ ਹੁਣ ਬਚਣਾ ਨਹੀਂ ਚਾਹੀਦਾ ਜੀ, ਸਾਡੀ ਕੁੜੀ ਦੀ ਹਾਲਤ ਬਹੁਤ ਬੁਰੀ ਆ। ਸਾਡੇ ਪਿੰਡ 'ਚ 10-11 ਵਜੇ ਦੀ ਕਰੀਬ ਹੋਇਆ ਜੀ, ਇਹ ਕੁੜੀ ਇਕੱਲੀ ਘਰੇ ਸੀ ਅਤੇ ਜਿਹੜਾ ਮੁੰਡਾ ਜਗਿੰਦਰ ਸਿੰਘ ਆ ਜੀ, ਇਹ ਮੁੰਡਾ ਇੱਥੇ ਮਾੜੀ ਨੀਤ ਨਾਲ ਇਹਨਾਂ ਦੇ ਘਰੇ ਵੜਿਆ,
ਜਿਹਦੇ ਨਾਲ ਵੀ ਕੁੜੀ ਇਕੱਲੀ ਹੋਣ ਦੇ ਕਾਰਨ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁੜੀ ਨੇ ਉਹਨਾਂ ਨੂੰ ਜ਼ਬਰਦਸਤੀ ਕਰਨ ਤੋਂ ਜਵਾਬ ਦਿੱਤਾ ਨਾ ਹੋ ਗਈ, ਉਹ ਕੁੜੀ ਨੂੰ ਇਹ ਵੱਢਣ ਪੈ ਗਿਆ ਕਾਪਿਆਂ ਨਾਲ ਜੀ, ਜਿਹਦੇ ਨਾਲ ਉਹਨੂੰ ਕੁੜੀ ਨੂੰ ਵੱਢਤਾ ਜੀ, ਉਹਦੇ ਗੁੱਟ ਬਾਹਾਂ ਵੱਢਤੇ, ਸਿਰ 'ਚ ਵੀ ਸੱਟ ਵੱਜੀ, ਉਹਦੇ ਛਾਤੀ 'ਤੇ ਵੀ ਛੱਦੀ, ਧੌਣ 'ਤੇ ਵੀ, ਜਿਹਦੇ ਨਾਲ ਉਹਨੂੰ ਪਹਿਲਾਂ ਮੁਕਤਸਰ ਭੇਜਿਆ ਗਿਆ ਜੀ, ਉਦੋਂ ਬਾਅਦ ਉਹਨੂੰ ਚੰਡੀਗੜ੍ਹ ਰੈਫਰ ਕਰਤਾ ਜੀ। ਅਤੇ ਉਦੋਂ ਪਹਿਲਾਂ ਇਹ ਮੁੰਡੇ ਨੇ ਜੋਗਿੰਦਰ ਸਿੰਘ ਹੈ ਜੀ ਜਿਹੜਾ, ਇਹਨੇ ਪਿੰਡ ਦੇ ਵਿੱਚ 3 ਕੁੜੀਆਂ ਨਾਲ ਇਹਨੂੰ ਇਦੋਂ ਪਹਿਲਾਂ ਗਲਤ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹਦੇ 'ਚ ਇੱਕ ਕੁੜੀ ਨਾਬਾਲਗ 8-9 ਸਾਲਾਂ ਦੀ ਹੈ, ਉਹ ਇੱਥੇ ਇਹਨਾਂ ਦੇ ਨਾਲ ਗੁਆਂਢੀ ਘਰ ਹੈ ਜੀ। ਅਤੇ ਇਹ ਮੁੰਡਾ ਜਿਹੜੀ ਇਹ ਕੁੜੀ ਵੀ ਇਹ ਵੀ ਇਹਨਾਂ ਦੇ ਗੁਆਂਢੀ ਹੈ ਜੀ। ਤੀਜਾ ਘਰ ਛੱਡ ਕੇ ਜੋਗਿੰਦਰ ਸਿੰਘ ਹੈਗਾ ਨਾਂ ਜੀ, ਇਹਨਾਂ ਦਾ ਪ੍ਰਾਹੁਣਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਬਹੁਤ ਕਰਦਾ ਜੀ। ਜਸਵੀਰ ਸਿੰਘ ਹੈਗਾ ਜੀ, ਉਹ ਇੱਥੇ ਬਰੀ ਵਾਲੇ ਥਾਣੇ ਉਹਦੀ ਡਿਊਟੀ ਆ, ਜਿਹਦੇ ਕਾਰਨ ਇਹ ਥੋੜ੍ਹਾ ਜਿਹਾ ਵੀ ਬਚਾਅ ਹੋ ਜਾਂਦਾ ਇਹਦਾ ਜੀ। ਅਤੇ ਟੂਲ ਪਲਾਜ਼ਾ 'ਤੇ ਜਿਹੜਾ ਗੱਲ ਹੋਈ ਸੀ ਉਹ ਵੀ ਇਸੇ ਕਾਰਨ ਹੀ ਹੋਈ ਸੀਗੀ ਇਹਦੀ। ਅਤੇ ਇੱਕ ਸਾਡੇ ਪਿਛਲੇ ਪਾਸੇ ਘਰ ਆ ਗਿਆ, ਉਹਨਾਂ ਦੀ ਕੁੜੀ ਨੂੰ ਵੀ ਇਹਨੇ ਥੋੜ੍ਹਾ ਜਿਹਾ ਗਲਤ ਫਲਤ ਬੋਲਿਆ ਸੀਗਾ, ਜਿਹਦੇ ਕਾਰਨ ਉਦੋਂ ਹੀ ਬਚ ਗਏ ਜੀ। ਅਤੇ ਇਹਦੇ ਮਗਰ ਸਪੋਰਟ ਕੁਛ 2-3 ਘਰ ਕਰ ਜਾਂਦੇ ਆ, ਜਿਹਦੇ ਕਾਰਨ ਇਹ ਬਚਾਅ ਹੋ ਗਿਆ ਜੀ। ਪਰ ਹੁਣ ਅਸੀਂ ਆਹਨੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਦਾ ਬਚਾਅ ਨਾ ਕੀਤਾ ਜਾਵੇ, ਕੋਈ ਇਹਦੀ ਮਦਦ ਨਾ ਕਰੇ। ਸ਼ਾਦੀਸ਼ੁਦਾ ਲੜਕਾ ਜਾਂ ਇਹ ਕੁਆਰਾ ਜੀ? ਕੁਆਰਾ ਜੀ ਇਹ, ਅਤੇ ਇਹਦੀ ਉਮਰ ਹੈਗੀ ਹੈ ਜੀ 28 ਸਾਲ ਦੀ ਕਰੀਬ ਹੈਗੀ ਹੈ ਜੀ, 28-29 ਸਾਲ ਦੀ ਹੈਗੀ ਹੈ ਜੀ। ਨੌਕਰੀ ਕਰਦਾ ਕਿ ਨਹੀਂ? ਨਹੀਂ, ਇਹ ਬੇਰੁਜ਼ਗਾਰ ਹੀ ਹੈ ਜੀ ਇਹ। ਬਸ ਇਹ ਜਦੋਂ ਇਹ ਬੇਰੁਜ਼ਗਾਰ ਆ ਜੀ, ਇਹਦੇ ਦਿਮਾਗ 'ਤੇ ਪਤਾ ਨਹੀਂ ਕੀ ਕੀੜਾ ਛਾਇਆ, ਇਹ ਜਦੋਂ ਵੀ ਮੰਨ ਲਓ ਵੀ ਕੋਈ ਮਾਂ ਪਿਓ ਘਰੇ ਨਹੀਂ ਹੁੰਦੇ, ਉਹਨਾਂ ਦੇ ਘਰੇ ਵੜ ਜਾਂਦਾ, ਜਿਨ੍ਹਾਂ ਦੀ ਔਲਾਦ ਘਰੇ ਇਕੱਲੀ ਹੋ ਜੀ। ਹੋਰ ਕੁੜੀ ਇਹ ਜਿਹੜੀ ਬਹੁਤ ਸ਼ਰੀਫ ਆ ਜੀ, ਇਹਨਾਂ ਦੇ ਘਰ ਦੇ ਵੀ ਸਾਰੇ ਬਹੁਤ ਵਧੀਆ ਜੀ, ਕੋਈ ਇਹਨਾਂ ਦੇ ਪਿੰਡ 'ਚ ਕਿਸੇ ਨਾਲ ਕੋਈ ਰੌਲਾ ਨਹੀਂ, ਕੋਈ ਝਗੜਾ ਨਹੀਂ ਗਾ ਜੀ, ਵਧੀਆ ਕੁੜੀ ਹੈ ਜੀ ਇਹ। ਇਹਨਾਂ ਦਾ ਕੋਈ, ਹਾਂ ਜੀ, ਵੀ ਇਹਨਾਂ ਦਾ ਪਰਿਵਾਰ ਦਾ ਕਿਸੇ ਨਾਲ ਕੋਈ ਇਹੋ ਜਿਹਾ ਰੌਲਾ ਨਹੀਂ ਗਾ ਜਿਹਦੇ ਨਾਲ ਕੋਈ ਆਪਾਂ ਕਹਿ ਦੇ ਕਿ ਵੀ ਇਹਨਾਂ ਦੀ ਕੋਈ ਦੁਸ਼ਮਣੀ ਹੋ ਗਈ, ਕੋਈ ਦੁਸ਼ਮਣੀ ਨਹੀਂ ਜੀ ਇਹਨਾਂ ਦੀ। ਵੈਸੇ ਮੁੰਡੇ 'ਚ ਫਾਲਟ ਬਹੁਤ ਹੈ ਜੀ, ਇਹ ਪਿੰਡ ਵਾਲੇ ਸਾਰੇ ਹੀ ਆਉਂਦੇ ਵੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ। ਜੇ ਪ੍ਰਸ਼ਾਸਨ ਨੇ ਸਜ਼ਾ ਨਾ ਦਿੱਤੀ ਇਹਨੂੰ, ਜੇ ਮੰਨ ਲਓ ਵੀ ਇਹ 2 ਮਹੀਨੇ ਬਾਅਦ 3 ਮਹੀਨੇ ਬਾਅਦ ਇਹ ਜਮਾਨਤ 'ਤੇ ਆ ਵੀ ਗਿਆ, ਅਤੇ ਅਸੀਂ ਪਿੰਡ ਵਾਲੇ ਇਹਨੂੰ ਪਿੰਡ 'ਚ ਵੜਨ ਨਹੀਂ ਦੇਣਾ, ਜੇ ਵੜ ਗਿਆ ਇਹ ਤਾਂ ਇਹਨੂੰ ਅਸੀਂ ਬਖਸ਼ਣਾ ਨਹੀਂ। ਜਿਵੇਂ ਕੁੜੀ ਦੀ ਮਾੜੀ ਹਾਲਤ ਹੋਈ ਆ ਉਵੇਂ ਪਿੰਡ ਵਾਲੇ ਇਹਦੇ ਨਾਲ ਕਰਨਗੇ ਜੀ। ਫਿਰ ਕੱਲ੍ਹ ਨੂੰ ਕੋਈ ਇਹਦਾ ਵੀ ਕੱਲ੍ਹ ਨੂੰ ਕੋਈ ਆਖੇ ਵੀ ਇਹਦੇ ਨਾਲ ਕਿਉਂ ਗਲਤ ਕੀਤਾ ਜੀ, ਇਹ ਹੁਣ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਨੂੰ ਵੱਧ ਜਿੰਨੀ ਸਜ਼ਾ ਹੋਵੇ ਉਨੀ ਘੱਟ ਆ ਜੀ। ਅੱਜ ਸਾਡੇ ਪੁਲਿਸ ਸਟੇਸ਼ਨ ਬਰੀ ਵਾਲੇ 'ਚ ਇੱਕ ਜਾਣਕਾਰੀ ਆਈ ਕਿ ਇੱਕ ਮਨਪ੍ਰੀਤ ਕੌਰ ਜੋ ਲੜਕੀ ਪੁੱਤਰੀ ਕੁਲਵੰਤ ਸਿੰਘ ਵਾਸੀ ਸਰਾਏ ਨਗਾ, ਉਹ ਜਦੋਂ ਘਰ ਇਕੱਲੀ ਸੀ ਤਾਂ ਇੱਕ ਉਹਦੇ ਗੁਆਂਢ 'ਚ ਹੀ ਰਹਿੰਦਾ ਹੈ ਮੁੰਡਾ ਜੋਗਿੰਦਰ ਉਰਫ ਜਸਵਿੰਦਰ, ਉਹਨੂੰ ਇਕੱਲੀ ਮੈਨੂੰ ਪਤਾ ਲੱਗਾ ਇਕੱਲੀ ਇਸ ਚੀਜ਼ ਨੂੰ ਭਾਂਪ ਕੇ ਉਹਦੇ ਘਰ ਕੰਧ ਟੱਪ ਕੇ ਆਇਆ, ਤਾਂ ਉਹਨੂੰ ਉਹਦੇ ਨਾਲ ਜਿਹਨੂੰ ਕਿ ਕਹਿੰਦੇ ਮਾੜੀ ਨਜ਼ਰ ਰੱਖਦਾ ਸੀ, ਅਤੇ ਕਹਿੰਦਾ ਸੀ ਕਿ ਮੇਰੇ ਨਾਲ ਤੂੰ ਵਿਆਹ ਕਰਾ, ਜਦਕਿ ਕੁੜੀ ਅਤੇ ਕੁੜੀ ਦੇ ਘਰ ਦੇ ਨਹੀਂ ਸੀ ਮੰਨਦੇ, ਅਤੇ ਉਹ ਕੁੜੀ ਦਾ ਮੰਗਣਾ ਵੀ ਕਿਤੇ ਹੋਰ ਹੋਇਆ ਸੀ। ਜਦੋਂ ਉਸ ਕੁੜੀ ਨੂੰ ਉਹਨੇ ਮਨ੍ਹਾ ਕੀਤਾ ਕੁੜੀ ਨੇ ਮੁੰਡੇ ਨੂੰ, ਅਤੇ ਉਹਨੇ ਉਹਦੇ ਕਾਪਿਆਂ ਦੇ ਨਾਲ ਉਹਦੇ ਵਾਰ ਕੀਤਾ, ਜਿਸ 'ਤੇ ਚੱਲਦੇ ਕਿ ਕੁੜੀ ਦੇ ਗੰਭੀਰ ਸੱਟਾਂ ਲੱਗੀਆਂ ਨੇ। ਉਹਨੂੰ ਪਹਿਲਾਂ ਇੱਥੋਂ ਉਹਦੇ ਘਰ ਦੇ ਹੀ ਸਿਵਲ ਹਸਪਤਾਲ ਲੈ ਕੇ ਗਏ, ਅਤੇ ਇੰਨਾ ਮੀਨ ਟਾਈਮ ਉੱਥੋਂ ਫਸਟ ਏਡ ਦੇ ਕੇ PGI ਰੈਫਰ ਕਰ ਦਿੱਤਾ ਗਿਆ, ਅਤੇ ਪੁਲਿਸ ਨੇ ਉਹਦੇ ਫਾਦਰ ਦੇ ਬਿਆਨ 'ਤੇ FIR ਦਰਜ ਕੀਤੀ ਜਾ ਰਹੀ ਹੈ ਅਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੀ ਹੈ। ਦੋਸ਼ੀ ਫਿਲਹਾਲ ਜੀ ਹਜੇ ਪੁਲਿਸ ਨੇ ਫੜਿਆ ਨਹੀਂ ਹੈ, ਬਟ ਬਹੁਤ ਛੇਤੀ ਅਸੀਂ ਉਹਨੂੰ ਫੜ ਲਾਂਗੇ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।